ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟੈਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਪੇਸ਼ ਕਰਨ ਦਾ ਵੇਲਾ ਹੋ ਚੱਲਿਆ। ਸਭ ਤੋਂ ਪਹਿਲਾਂ ਮੌਸਮ ਦੀ ਹਾਲ ਬਿਆਨੀ ਕਰਦੇ ਹਾਂ। ਅੱਜ ਪੰਜਾਬ ਦੇ ਵਿੱਚ ਬੇਹੱਦ ਠੰਡ ਪਈ। ਮੌਸਮ ਵਿਭਾਗ ਦੇ ਕਹੇ ਮੁਤਾਬਕ ਬਿਲਕੁਲ ਅੱਜ ਉਸੇ ਤਰੀਕੇ ਨਾਲ ਦਿਨ ਦੇ ਵੇਲੇ ਪੰਜਾਬ ਦੇ ਵੱਖ ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਭੂਰ ਪਈ ਹੈ, ਯਾਨੀ ਕਿ ਕਿਣਮਣ ਕਿਣਮਣ ਹੋਈ ਆ। ਕੋਈ ਬਹੁਤਾ ਜ਼ੋਰਦਾਰ ਮੀਂਹ ਨਹੀਂ ਸੀ, ਪਰ ਇਹਦੇ ਨਾਲ ਸੜਕਾਂ ਗਲੀਆਂ ਜ਼ਰੂਰ ਗਿੱਲੀਆਂ ਹੋ ਗਈਆਂ। ਮੌਸਮ ਵਿਭਾਗ ਨੇ ਭਵਿੱਖਬਾਣੀ ਹੁਣ ਇਹ ਕੀਤੀ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਭੂਰ ਇਸੇ ਤਰੀਕੇ ਨਾਲ ਫਿਰ ਪੈ ਸਕਦੀ ਹੈ। ਪਰ ਜੇ ਇਸ ਵੇਲੇ ਪੰਜਾਬ ਦੇ ਵਿੱਚ ਪੈਂਦੇ ਕੋਰੇ ਦੀ ਗੱਲ ਕਰੀਏ ਤਾਂ ਸੱਚੀ ਮੁੱਚੀ ਬੇਹੱਦ ਠੰਡ ਹੈ, ਬੇਹੱਦ ਕੋਰਾ ਪੈ ਰਿਹਾ, ਬੇਹੱਦ ਧੁੰਦ ਪੈ ਰਹੀ ਹੈ ਅਤੇ ਪਹਾੜੀ ਖੇਤਰ ਦੇ ਵੱਲ ਬਰਫ਼ਬਾਰੀ ਹੋਰ ਹੋਈ ਹੈ ਅਤੇ ਜਿਹਦੇ ਕਰਕੇ ਪੰਜਾਬ ਆ ਜਿਹੜਾ ਉਹ ਸ਼ਿਮਲੇ ਵਰਗਾ ਮਹਿਸੂਸ ਹੋ ਰਿਹਾ। ਪੰਜਾਬ ਦੇ ਵਿੱਚ ਆਦਮਪੁਰ ਇਸ ਵਕਤ ਸਭ ਤੋਂ ਠੰਡਾ, ਜਲੰਧਰ ਵੀ ਖਾਸਾ ਠੰਡਾ, ਬਠਿੰਡੇ ਤੋਂ ਵੀ ਬੇਹੱਦ ਠੰਡਕ ਦੀਆਂ ਖਬਰਾਂ ਮਿਲ ਰਹੀਆਂ, ਕਿਉਂਕਿ ਘੱਟੋ ਘੱਟ ਪਾਰਾ ਜਿਹੜਾ ਉਹ 4 ਤੋਂ ਲੈ ਕੇ 6 ਡਿਗਰੀ ਤੱਕ ਪੰਜਾਬ ਦੇ ਕਈ ਸ਼ਹਿਰਾਂ ਅਤੇ ਕਸਬਿਆਂ ਨਾਲ ਦਰਜ ਕੀਤਾ ਗਿਆ ਰਾਤ ਦੇ ਵੇਲੇ। ਹੁਣ ਜੇ ਪਹਿਲੀ ਵੱਡੀ ਖਬਰ ਦੇ ਬਾਰੇ ਜਾਣਦੇ ਹਾਂ ਤਾਂ ਉਹ ਪੂਰੇ ਭਾਰਤ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਵੱਖ ਵੱਖ ਸੂਬਿਆਂ ਦੇ ਵਿੱਚ ਨਾਗਰਿਕਤਾ ਸੋਧ ਬਿੱਲ ਦੇ ਮਾਮਲੇ ਦੇ ਉੱਤੇ ਪੈਦਾ ਹੋਏ ਵਿਰੋਧ ਦੇ ਨਾਲ ਜੁੜੀ ਹੋਈ ਹੈ। ਆਪਾਂ ਸਾਰੇ ਜਾਣਦੇ ਹਾਂ ਜਿਸ ਦਿਨ ਲੋਕ ਸਭਾ ਤੋਂ ਬਾਅਦ ਰਾਜ ਸਭਾ ਦੇ ਵਿੱਚ ਇਹ ਬਿੱਲ ਪਾਸ ਕਰ ਦਿੱਤਾ ਗਿਆ। ਬੇਸ਼ੱਕ ਇਹ ਗੱਲ ਕਹੀ ਗਈ ਕੇਂਦਰ ਦੇ ਵੱਲੋਂ ਕਿ ਸਾਡੇ ਕੋਲ ਬਹੁਮਤ ਅਤੇ ਅਸੀਂ ਇਹ ਬਿੱਲ ਪਾਸ ਕਰਤਾ, ਪਰ ਉਸ ਤੋਂ ਬਾਅਦ ਲੋਕਾਂ ਦਾ ਰੋਸ ਜਿਸ ਤਰੀਕੇ ਨਾਲ ਪ੍ਰਚੰਡ ਹੋਇਆ, ਜਿਸ ਤਰੀਕੇ ਦੇ ਨਾਲ ਵੱਖ ਵੱਖ ਥਾਵਾਂ ਦੇ ਉੱਤੇ ਪ੍ਰਦਰਸ਼ਨ ਚੱਲ ਰਹੇ ਆ, ਜਿਸ ਤਰੀਕੇ ਦੇ ਨਾਲ ਵੱਖ ਵੱਖ ਥਾਵਾਂ ਦੇ ਉੱਤੇ ਅੱਗਾਂ ਲੱਗ ਰਹੀਆਂ, ਜਿਸ ਤਰੀਕੇ ਦੇ ਨਾਲ ਲੋਕਾਂ ਦੀ ਮੌਤ ਹੋ ਰਹੀ ਹੈ, ਉਹ ਮੌਤਾਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਅਤੇ ਲੋਕਾਂ ਦਾ ਜਾਨੀ ਨੁਕਸਾਨ ਤਾਂ ਹੋ ਹੀ ਰਿਹਾ, ਨਾਲ ਮਾਲੀ ਨੁਕਸਾਨ ਬਹੁਤ ਵੱਡੇ ਪੱਧਰ 'ਤੇ ਹੋ ਰਿਹਾ। ਦੁੱਖ ਹੋਰ ਇਸ ਗੱਲ ਦਾ ਇਹ ਹੈ ਕਿ ਕੇਂਦਰ ਸਰਕਾਰ ਦੇ ਵਿੱਚ ਬੈਠੇ ਕੁਝ ਕੁ ਲੋਕ ਇਹ ਗੱਲ ਕਹਿ ਰਹੇ ਆ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਇਹ ਭਾਂਬੜ ਵਾਲੇ ਜਾ ਰਹੇ ਆ। ਹਾਲਾਂਕਿ ਵਿਰੋਧੀ ਪਾਰਟੀਆਂ ਨੇ ਰਾਜਨੀਤੀ ਕਰਨੀ ਹੀ ਹੁੰਦੀ ਹੈ, ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੁੰਦੇ ਕਿ ਉਹਨਾਂ ਦੇ ਵੱਲੋਂ ਇਹ ਕੁਝ ਨਹੀਂ ਕੀਤਾ ਜਾ ਰਿਹਾ ਹੋਊਗਾ, ਉਹਨਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਨਹੀਂ ਕਰਵਾਏ ਜਾ ਰਹੇ ਹੋਣਗੇ। ਪਰ ਇਹ ਵੀ ਤਾਂ ਨਹੀਂ ਸੋਚਣਾ ਬਣਦਾ ਕਿ ਭਾਰਤ ਦੇ ਸਾਰੇ ਲੋਕ ਆ ਜਿਹੜੇ ਉਹ ਬੇਅਕਲ ਆ, ਭਾਰਤ ਦੇ ਸਾਰੇ ਲੋਕਾਂ ਨੂੰ ਇਸ ਗੱਲ ਦਾ ਫਿਕਰ ਹੀ ਨਹੀਂ ਕਿ ਸੰਵਿਧਾਨ ਨੂੰ ਕਿਸ ਤਰੀਕੇ ਨਾਲ ਤੋੜ ਮਰੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕ ਆਪਣੇ ਸਿਰ ਤੋਂ ਵੀ ਕੰਮ ਲੈਂਦੇ ਆ, ਲੋਕਾਂ ਨੂੰ ਖੁਦ ਨੂੰ ਵੀ ਸਮਝ ਹੈ ਕਿ ਅਸੀਂ ਨਾਗਰਿਕਤਾ ਸੋਧ ਬਿੱਲ ਦੇ ਮੁਤੱਲਕ ਕਿਹੋ ਜਿਹੇ ਵਿਚਾਰ ਰੱਖਣੇ ਆ, ਕਿਹੋ ਜਿਹੀ ਅਸੀਂ ਆਜ਼ਾਦੀ ਚਾਹੁੰਦੇ ਹਾਂ, ਕਿਹੋ ਜਿਹਾ ਅਸੀਂ ਮੁਸਲਿਮ ਭਾਈਚਾਰੇ ਦੇ ਨਾਲ ਆਪਣਾ ਸੰਬੰਧ ਚਾਹੁੰਦੇ ਹਾਂ। ਹੁਣ ਤੱਕ ਸੰਵਿਧਾਨ ਦੇ ਵਿੱਚ ਆਪਾਂ ਜਾਣਦੇ ਹਾਂ, ਇਹੀ ਕੁਝ ਪੜ੍ਹਦੇ ਆਏ ਹਾਂ, ਸੁਣਦੇ ਆਏ ਹਾਂ, ਮਹਿਸੂਸਦੇ ਆਏ ਹਾਂ ਕਿ ਹਿੰਦੂ ਮੁਸਲਿਮ ਸਭ ਦੇ ਲਈ ਬਰਾਬਰਤਾ ਦੀ ਗੱਲ ਕੀਤੀ ਗਈ ਹੈ, ਉਹਦੇ ਵਿੱਚ ਜਾਤ ਅਤੇ ਧਰਮ ਦੇ ਨਾਂ ਦੇ ਉੱਤੇ ਕੋਈ ਵਖਰੇਵਾਂ ਨਹੀਂ। ਪਰ ਜਿਸ ਤਰੀਕੇ ਨਾਲ ਇੱਕ ਧਰਮ ਵਿਸ਼ੇਸ਼ ਦੇ ਪਿੱਛੇ ਪੈ ਕੇ ਕੇਂਦਰ ਦੀ ਸਰਕਾਰ ਦੇ ਵੱਲੋਂ ਮੁਸਲਿਮ ਭਾਈਚਾਰੇ ਨੂੰ ਬਿਲਕੁਲ ਵੱਖਰਾ ਕਰ ਦਿੱਤਾ ਗਿਆ, ਹੁਣ ਸਿਰਫ ਮੁਸਲਿਮ ਭਾਈਚਾਰਾ ਹੀ ਨਹੀਂ ਸਗੋਂ ਸਿੱਖ ਅਤੇ ਹਿੰਦੂ ਭਾਈਚਾਰੇ ਦਾ ਇੱਕ ਹਿੱਸਾ ਜਿਹੜਾ ਉਹ ਵੀ ਮੁਸਲਮਾਨ ਭਾਈਚਾਰੇ ਦੇ ਹੱਕ ਦੇ ਵਿੱਚ ਨਿਤਰ ਰਿਹਾ। ਇਹ ਜਿਹੜੀ ਅੱਗ ਲਖਨਊ, ਦਿੱਲੀ, ਅਸਾਮ, ਮਿਜ਼ੋਰਮ, ਕਈ ਹੋਰ ਥਾਵਾਂ ਦੇ ਉੱਤੇ ਭੜਕੀ ਹੈ, ਉਹ ਹੌਲੀ ਹੌਲੀ ਪੰਜਾਬ ਦੇ ਵੱਲ ਵੀ ਸੇਕ ਆਉਣਾ ਸ਼ੁਰੂ ਹੋ ਗਿਆ। ਅੱਜ ਜਲੰਧਰ ਦੇ ਵੱਲ ਵੀ ਪ੍ਰਦਰਸ਼ਨ ਹੋਇਆ, ਜਲੰਧਰ ਦੇ ਨਗਰ ਨਿਗਮ ਚੌਂਕ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਵੱਲੋਂ ਇਕੱਤਰ ਹੋ ਕੇ ਨਾਗਰਿਕਤਾ ਸੋਧ ਬਿੱਲ ਦੀ ਖਾਸੀ ਖਿਲਾਫਤ ਕੀਤੀ ਗਈ ਹੈ। ਯਾਨੀ ਕਿ ਇਹ ਪੰਜਾਬ ਦੇ ਵਿੱਚ ਹੁਣ ਜਿਸ ਤਰੀਕੇ ਨਾਲ ਲੋਕ ਇਕੱਤਰ ਹੋ ਰਹੇ ਆ, ਆਉਂਦੇ ਦਿਨਾਂ ਦੇ ਵਿੱਚ ਇੱਥੋਂ ਵੀ ਕੋਈ ਵੱਡੀ ਖਬਰ ਆ ਸਕਦੀ ਹੈ। ਪਰ ਕੇਂਦਰ ਸਰਕਾਰ ਨੇ ਹਾਲੇ ਤੱਕ ਜੂਨ ਤੱਕ ਨਹੀਂ ਸਰਕੀ ਕਿ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ। ਹਾਲਾਂਕਿ ਗ੍ਰਹਿ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਵੱਖ ਵੱਖ ਸੂਬਿਆਂ ਨੂੰ ਜਾਰੀ ਕੀਤੀ ਗਈ ਹੈ ਕਿ ਹਿੰਸਕ ਪ੍ਰਦਰਸ਼ਨਾਂ ਦੇ ਉੱਤੇ ਰੋਕ ਲਾਈ ਜਾਵੇ। ਹਾਲੇ ਵੀ ਕਈ ਸੂਬਿਆਂ ਦੇ ਮੁੱਖ ਮੰਤਰੀ ਇਹ ਗੱਲ ਕਹਿ ਰਹੇ ਆ ਸਭ ਕੁਝ ਵਧੀਆ ਚੱਲ ਰਿਹਾ, ਕੋਈ ਚਿੰਤਾ ਵਾਲੀ ਗੱਲ ਨਹੀਂ। ਪਰ ਜਿਹੜੀਆਂ ਮਾਵਾਂ ਦੇ ਪੁੱਤ ਮਰ ਰਹੇ ਆ, ਉਹਨਾਂ ਮਾਵਾਂ ਦੇ ਦਰਦ ਨੂੰ, ਉਹਨਾਂ ਟੱਬਰਾਂ ਦੇ ਦਰਦ ਨੂੰ ਕਿਸੇ ਨੇਤਾ ਨੇ ਨਹੀਂ ਜਾਣਨਾ। ਅੱਜ ਤੱਕ ਜਿੰਨੇ ਵੀ ਪ੍ਰੋਟੈਸਟ ਹੋਏ ਆ, ਜਿੰਨੇ ਵੀ ਪ੍ਰਦਰਸ਼ਨ ਹੋਏ ਆ, ਕਦੇ ਕਿਸੇ ਨੇਤਾ ਦਾ ਵਾਲ ਵਿੰਗਾ ਹੁੰਦਾ ਅਸੀਂ ਸੁਣਿਆ ਨਹੀਂ। ਭਾਵੇਂ ਕਿਸੇ ਵੀ ਕਿਸਮ ਦਾ ਸੰਘਰਸ਼ ਕਿਉਂ ਨਾ ਹੋਵੇ, ਪ੍ਰਦਰਸ਼ਨ ਕਿਉਂ ਨਾ ਹੋਵੇ, ਉਹਦੇ ਵਿੱਚ ਆਮ ਲੋਕ ਮਰਦੇ ਆ ਅਤੇ ਜ਼ਖਮੀ ਹੁੰਦੇ ਆ, ਨੁਕਸਾਨ ਮਾਲੀ ਵੀ ਆਮ ਲੋਕਾਂ ਦਾ ਹੀ ਹੁੰਦਾ, ਕਦੇ ਵੀ ਕਿਸੇ ਵੱਡੇ ਨੇਤਾ ਦਾ ਕੋਈ ਨੁਕਸਾਨ ਨਹੀਂ ਹੋਇਆ। ਲਖਨਊ ਦੇ ਵਿੱਚ ਅਤੇ ਦਿੱਲੀ ਦੇ ਵਿੱਚ ਜਿਸ ਤਰੀਕੇ ਨਾਲ ਹਿੰਸਕ ਪ੍ਰਦਰਸ਼ਨ ਹੋ ਰਹੇ ਆ, ਜਿਵੇਂ ਮੀਡੀਆ ਖੇਤਰ ਦੀਆਂ ਵੈਨਾਂ ਨੂੰ ਤੋੜਿਆ ਗਿਆ, ਜਿਸ ਤਰੀਕੇ ਦੇ ਨਾਲ ਥਾਣਿਆਂ ਨੂੰ ਅੱਗਾਂ ਲੱਗ ਰਹੀਆਂ, ਆਉਂਦੇ ਦਿਨਾਂ ਦੇ ਵਿੱਚ ਇਹ ਭਾਂਬੜ ਹੋਰ ਵੱਧ ਸਕਦਾ ਜੇਕਰ ਕੁਝ ਨਾ ਕੁਝ ਨਾ ਕੀਤਾ ਕੇਂਦਰ ਦੀ ਸਰਕਾਰ ਨੇ। ਪਹਿਲਾਂ ਵੱਖ ਵੱਖ ਥਾਵਾਂ ਤੋਂ ਆਈਆਂ ਸੀ ਰਿਪੋਰਟਾਂ ਸਾਂਝੀਆਂ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ। ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਸ਼ੁੱਕਰਵਾਰ ਨੂੰ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਹਿੰਸਕ ਪ੍ਰਦਰਸ਼ਨ ਹੋਏ। ਉੱਤਰ ਪ੍ਰਦੇਸ਼ ਦੇ ਵਿੱਚ ਫਾਇਰਿੰਗ ਦੇ ਦੌਰਾਨ 8 ਲੋਕਾਂ ਦੀ ਮੌਤ ਹੋ ਗਈ, ਮੇਰਠ ਦੇ ਵਿੱਚ 3 ਮੌਤਾਂ, ਬਿਜਨੌਰ ਦੇ ਵਿੱਚ 2, ਫਿਰੋਜ਼ਾਬਾਦ ਅਤੇ ਸੰਭਲ ਦੇ ਵਿੱਚ 1-1 ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਲਖਨਊ ਦੇ ਵਿੱਚ ਵੀਰਵਾਰ ਨੂੰ ਜ਼ਖਮੀ ਹੋਏ ਨੌਜਵਾਨ ਦੀ ਸ਼ੁੱਕਰਵਾਰ ਨੂੰ ਇਲਾਜ ਦੇ ਮੌਕੇ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ। ਇੱਥੇ ਕਈ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਥਾਣੇ 'ਤੇ ਚੌਂਕੀਆਂ ਫੂਕ ਦਿੱਤੀਆਂ ਗਈਆਂ। ਝੜਪ ਅਤੇ ਪਥਰਾੜ ਦੇ ਦੌਰਾਨ 50 ਦੇ ਕਰੀਬ ਲੋਕ ਜ਼ਖਮੀ ਹੋਏ ਨੇ। ਦਿੱਲੀ ਵਿੱਚ ਜਾਮਾ ਮਸਜਿਦ ਇਲਾਕੇ ਦੇ ਵਿੱਚ ਦਿਨ ਭਰ ਪ੍ਰਦਰਸ਼ਨ ਅੱਜ ਸ਼ਾਂਤੀਪੂਰਨ ਰਿਹਾ, ਪਰ ਸ਼ਾਮ ਦੇ ਵਕਤ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੇ ਉੱਤੇ ਪਥਰਾਓ ਕੀਤਾ
ਲੋਕਾਂ ਨੇ ਪੁਲਿਸ ਨੂੰ ਗੁਲਾਬ ਦੇ ਫੁੱਲ ਦਿੱਤੇ ਅਤੇ ਚਾਹ ਵੀ ਪਿਆਈ। ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਇੰਡੀਆ ਗੇਟ ਦੇ ਉੱਤੇ ਪ੍ਰਦਰਸ਼ਨਕਾਰੀਆਂ ਨੂੰ ਮਿਲਣ ਵਾਸਤੇ ਪਹੁੰਚੀ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਪ੍ਰਦਰਸ਼ਨ ਦੇ ਮੌਕੇ ਹੋਈ ਹਿੰਸਾ ਦੇ ਵਿੱਚ ਮਰਨ ਵਾਲਿਆਂ ਦੀ ਤਾਦਾਦ 11 ਹੋ ਗਈ ਹੈ। ਗੁਜਰਾਤ ਦੇ ਵਿੱਚ 8,000 ਲੋਕਾਂ ਦੇ ਉੱਤੇ FIR ਦਰਜ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਦੇ ਵਿੱਚ 20 ਜ਼ਿਲ੍ਹਿਆਂ ਦੇ ਵਿੱਚ ਇੰਟਰਨੈੱਟ ਦੀ ਸੇਵਾ ਬੰਦ ਹੈ। ਦਿੱਲੀ, ਗੁਜਰਾਤ, ਉੱਤਰ ਪ੍ਰਦੇਸ਼, ਕਰਨਾਟਕ ਅਤੇ ਮੱਧ ਪ੍ਰਦੇਸ਼ ਦੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਕੇਰਲ ਦੇ 4 ਜ਼ਿਲ੍ਹਿਆਂ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ। ਮੱਧ ਪ੍ਰਦੇਸ਼ ਦੇ ਵਿੱਚ ਵੀ ਮੋਬਾਈਲ ਇੰਟਰਨੈੱਟ ਦੀ ਸੇਵਾ ਬੰਦ ਕਰ ਦਿੱਤੀ ਗਈ। ਜੇ ਉੱਤਰ ਪ੍ਰਦੇਸ਼ ਦੀ ਗੱਲ ਕਰਦੇ ਹਾਂ ਤਾਂ ਗਾਜ਼ੀਆਬਾਦ, ਮੇਰਠ, ਸੁਲਤਾਨਪੁਰ, ਗੋਰਖਪੁਰ, ਕਾਨਪੁਰ, ਉਨਾਵ, ਬੁਲੰਦਸ਼ਹਿਰ, ਹਾਥਰਸ, ਹਾਪੁੜ, ਅਮਰੋਹਾ ਅਤੇ ਬਾਕੀ ਵੱਖ ਵੱਖ ਸ਼ਹਿਰਾਂ ਦੇ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੇ ਵਿੱਚ ਅੱਜ ਝੜਪਾਂ ਹੋਣ ਦੀਆਂ ਖਬਰਾਂ ਪ੍ਰਾਪਤ ਹੋਈਆਂ ਨੇ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਅੱਥਰੂ ਗੈਸ ਦੇ ਗੋਲੇ ਵੀ ਸੁੱਟੇ। ਇਸ ਦੌਰਾਨ ਕਈ ਪੁਲਿਸ ਚੌਂਕੀਆਂ ਨੂੰ ਫੂਕ ਦਿੱਤਾ ਗਿਆ। ਮੇਰਠ ਦੇ ਵਿੱਚ ਪੁਲਿਸ ਚੌਂਕੀਆਂ 2 ਫੂਕੀਆਂ ਗਈਆਂ ਨੇ। ਪੁਲਿਸ ਨੇ ਦੱਸਿਆ ਕਿ ਝੜਪ ਅਤੇ ਪੱਥਰਬਾਜ਼ੀ ਦੇ ਵਿੱਚ 50 ਪੁਲਿਸ ਕਰਮਚਾਰੀ ਜ਼ਖਮੀ ਹੋਏ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਐਤਵਾਰ ਨੂੰ ਹੋਣ ਵਾਲੀ TET ਦੀ ਪ੍ਰੀਖਿਆ ਨੂੰ ਟਾਲ ਦਿੱਤਾ ਗਿਆ ਅਤੇ ਪ੍ਰੀਖਿਆ ਦੀ ਨਵੀਂ ਤਰੀਕ ਬਾਅਦ ਦੇ ਵਿੱਚ ਐਲਾਨੀ ਜਾਵੇਗੀ। ਦੂਜੇ ਪਾਸੇ ਦਿੱਲੀ ਦੇ ਵਿੱਚ ਜਾਮਾ ਮਸਜਿਦ ਇਲਾਕੇ ਦੇ ਵਿੱਚ ਜੁੰਮੇ ਦੀ ਨਮਾਜ਼ ਦੇ ਮੌਕੇ ਵੱਡੀ ਗਿਣਤੀ ਦੇ ਵਿੱਚ ਭੀੜ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ਼ ਪ੍ਰਦਰਸ਼ਨ ਕੀਤਾ। ਇਸ ਦੌਰਾਨ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਰਾਵਣ ਵੀ ਉੱਥੇ ਮੌਜੂਦ ਸਨ। ਭੀਮ ਆਰਮੀ ਜੰਤਰ ਮੰਤਰ ਤੱਕ ਮਾਰਚ ਕੱਢਣਾ ਚਾਹੁੰਦੀ ਸੀ ਪਰ ਪੁਲਿਸ ਨੇ ਉਹਨਾਂ ਨੂੰ ਇਸ ਦੀ ਆਗਿਆ ਨਹੀਂ ਦਿੱਤੀ। ਇੱਥੇ 12 ਥਾਣਾ ਖੇਤਰ ਦੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਅਤੇ ਫਲੈਗ ਮਾਰਚ ਵੀ ਕੱਢਿਆ ਗਿਆ। DMRC ਨੇ 6 ਮੈਟਰੋ ਸਟੇਸ਼ਨ ਅੱਜ ਬੰਦ ਕਰ ਦਿੱਤੇ। ਦਿਨ ਭਰ ਸ਼ਾਂਤੀਪੂਰਨ ਤਰੀਕੇ ਨਾਲ ਹੋਇਆ ਪ੍ਰਦਰਸ਼ਨ, ਸ਼ਾਮ ਹੁੰਦੇ ਹੁੰਦੇ ਹਿੰਸਕ ਹੋ ਗਿਆ। ਦਿੱਲੀ ਗੇਟ ਦੇ ਉੱਤੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੇ ਉੱਤੇ ਇੱਟਾਂ ਵਰਾਈਆਂ ਅਤੇ ਅੱਗਾਂ ਵੀ ਲਾਈਆਂ। ਇੱਥੇ ਪੁਲਿਸ ਨੇ ਵਾਟਰ ਕੈਨਨ ਯਾਨੀ ਕਿ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕਰਕੇ ਭੀੜ ਨੂੰ ਖਦੇੜਿਆ। ਪ੍ਰਿਯੰਕਾ ਗਾਂਧੀ ਇੰਡੀਆ ਗੇਟ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਮਿਲਣ ਪਹੁੰਚੀ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਵਾਸਤੇ ਅੱਗੇ ਆਉਣਾ ਚਾਹੀਦਾ। ਜਾਫਰਾਬਾਦ ਇਲਾਕੇ ਦੇ ਵਿੱਚ ਪੁਲਿਸ ਨੂੰ ਲੋਕਾਂ ਨੇ ਅੱਜ ਗੁਲਾਬ ਦੇ ਫੁੱਲ ਵੀ ਭੇਟ ਕੀਤੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਦਿੱਲੀ ਦੇ ਵਿੱਚ ਇਸ ਵਕਤ ਜੋ ਹਿੰਸਾ ਵਾਪਰ ਰਹੀ ਹੈ ਇਹਦੇ ਬਾਬਤ ਗੰਭੀਰਤਾ ਦੇ ਨਾਲ ਵਿਚਾਰ ਕਰਨ ਦੀ ਥਾਂ ਦੇ ਉੱਤੇ ਪ੍ਰਦਰਸ਼ਨਕਾਰੀਆਂ ਦੇ ਨਾਲ ਮੀਟਿੰਗ ਕਰਨ ਦੀ ਥਾਂ ਦੇ ਉੱਤੇ ਇਹ ਗੱਲ ਕਹਿ ਕੇ ਕੁਝ ਕੁ ਨੇਤਾਵਾਂ ਦੇ ਵੱਲੋਂ ਪੱਲਾ ਝਾੜਿਆ ਜਾ ਰਿਹਾ ਕਿ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਕਰਾ ਰਹੀ ਹੈ। ਪਰ ਅੱਜ ਕੇਜਰੀਵਾਲ ਹੋਰਾਂ ਨੇ ਗੱਲ ਕਹੀ ਹੈ ਕਿ ਅਸੀਂ ਹਿੰਸਾ ਦੀ ਰਾਜਨੀਤੀ ਵਿੱਚ ਨਹੀਂ ਪੈਂਦੇ, ਅਸੀਂ ਅੱਗਾਂ ਲਾਉਣ ਦੇ ਖਿਲਾਫ਼ ਹਾਂ, ਅਸੀਂ ਕਿਸੇ ਵੀ ਤਰ੍ਹਾਂ ਦੀ ਪੱਥਰਬਾਜ਼ੀ, ਕਿਸੇ ਵੀ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਕਰਾਉਣ ਦੇ ਹੱਕ ਦੇ ਵਿੱਚ ਨਹੀਂ। ਪਰ ਪ੍ਰਦਰਸ਼ਨਕਾਰੀਆਂ ਦੀ ਆਪਣੀ ਸੋਚ ਹੈ, ਅਸੀਂ ਇਹ ਨਹੀਂ ਕਹਿੰਦੇ ਉਹ ਗਲਤ ਆ, ਪਰ ਅਸੀਂ ਹਿੰਸਾ ਦੇ ਬਿਲਕੁਲ ਹੱਕ ਦੇ ਵਿੱਚ ਨਹੀਂ ਹਾਂ। ਉਹਨਾਂ ਦੀ ਇਹ ਗੱਲ ਚੰਗੀ ਵੀ ਲੱਗਦੀ ਹੈ। ਪਰ ਇਸ ਵਕਤ ਜਦੋਂ ਪੁਲਿਸ ਦੇ ਵੱਲੋਂ ਛੱਲੀਆਂ ਦੇ ਵਾਂਗ ਲੋਕ ਕੁੱਟੇ ਜਾ ਰਹੇ ਆ, ਉਸ ਵਕਤ ਸਿੱਖ ਭਾਈਚਾਰੇ ਨੇ ਦਿੱਲੀ ਦੇ ਵਿੱਚ ਇੱਕ ਨਵੀਂ ਮਿਸਾਲ ਕਾਇਮ ਕਰਨੀ ਸ਼ੁਰੂ ਕੀਤੀ ਹੈ। ਉੱਥੇ ਲੰਗਰ ਦਾ ਪ੍ਰਬੰਧ ਕਰ ਦਿੱਤਾ ਗਿਆ, ਉੱਥੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਪ੍ਰਦਰਸ਼ਨਕਾਰੀਆਂ ਦੇ ਲਈ। ਪੁਲਿਸ ਦੇ ਲਈ ਵੀ ਲੰਗਰ ਦਾ ਪ੍ਰਬੰਧ ਹੈ ਅਤੇ ਪ੍ਰਦਰਸ਼ਨਕਾਰੀਆਂ ਵਾਸਤੇ ਵੀ ਲੰਗਰ ਦਾ ਪ੍ਰਬੰਧ ਹੈ। ਇਹੀ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਸਿਖਾਇਆ, ਇਹੀ ਮਨੁੱਖਤਾ ਦੀ ਸੇਵਾ ਕਿ ਜਦੋਂ ਲੋੜਵੰਦ ਨੂੰ ਜਿਹੜਾ ਕਿ ਡਟਿਆ ਕਿਸੇ ਵੀ ਗੱਲ ਦੇ ਲਈ ਉਹਦੇ ਢਿੱਡ ਨੂੰ ਭਰਨ ਦੇ ਲਈ ਅਸੀਂ ਕੋਈ ਨਾ ਕੋਈ ਯਤਨ ਕਰੀਏ, ਮਨੁੱਖ ਹੋਣ ਦਾ ਫਰਜ਼ ਅਦਾ ਕਰੀਏ। ਹੁਣ ਤੱਕ ਜਦੋਂ ਵੀ ਵੱਖ ਵੱਖ ਥਾਵਾਂ ਦੇ ਉੱਤੇ ਕੋਈ ਸੰਕਟ ਆਇਆ ਸਿੱਖ ਭਾਈਚਾਰੇ ਨੇ ਅੱਗੇ ਵੱਧ ਕੇ ਇੱਦਾਂ ਹੀ ਮਦਦ ਕੀਤੀ ਜਿਵੇਂ ਕਿ ਉੱਥੇ ਕੀਤੀ ਜਾ ਰਹੀ ਹੈ। ਅਤੇ ਮੈਨੂੰ ਇੱਕ ਹੋਰ ਗੱਲ ਜਿਹੜੀ ਬੜੀ ਚੰਗੀ ਲੱਗ ਰਹੀ ਹੈ, ਭਾਵੇਂ ਮੁਸਲਿਮ ਭਾਈਚਾਰੇ ਨੂੰ ਨਾਗਰਿਕਤਾ ਸੋਧ ਬਿੱਲ ਦੇ ਰਾਹੀਂ ਝਟਕਾ ਦਿੱਤਾ ਗਿਆ ਕਿ ਅਸੀਂ ਉਹਨਾਂ ਨੂੰ ਨਹੀਂ ਭਾਰਤ ਦੇ ਵਿੱਚ ਨਾਗਰਿਕਤਾ ਦੇਣੀ, ਪਰ ਇਸ ਵਕਤ ਸਿੱਖ ਭਾਈਚਾਰਾ ਵੀ ਮੁਸਲਿਮ ਭਾਈਚਾਰੇ ਦੇ ਨਾਲ ਆ, ਬਾਕੀ ਭਾਈਚਾਰੇ ਵੀ ਮੁਸਲਿਮ ਭਾਈਚਾਰੇ ਦੇ ਨਾਲ ਹੈ। ਕਿਉਂਕਿ ਇਹ ਗੱਲ ਮੰਨੀ ਜਾ ਰਹੀ ਹੈ ਕਿ ਜੇਕਰ ਅੱਜ ਮੁਸਲਿਮ ਭਾਈਚਾਰੇ ਦੇ ਉੱਤੇ ਸੰਕਟ ਆ, ਭਵਿੱਖ ਦੇ ਵਿੱਚ ਕਿਸੇ ਹੋਰ ਦੇ ਉੱਤੇ ਵੀ ਆਇਆ ਲਓ, ਇਸ ਵਕਤ ਲੋੜ ਆ ਕਿ ਅਸੀਂ ਇਕਜੁੱਟ ਹੋਈਏ, ਅਸੀਂ ਬਿਲਕੁਲ ਇਕੱਠੇ ਹੋ ਕੇ ਅੱਗੇ ਵਧੀਏ। ਕਿਉਂਕਿ ਜਿਹਦੀ ਜਿੰਨੀ ਸੋਚ ਆ ਉਹਨੇ ਉਹ ਕੰਮ ਕਰਨਾ, ਅਤੇ ਜਿਹੜੇ ਲੋਕ ਇਹ ਸੋਚਦੇ ਆ ਜੀ ਕਿ ਨਾਗਰਿਕਤਾ ਸੋਧ ਬਿੱਲ ਆ ਜਿਹੜਾ ਉਹ ਬਿਲਕੁਲ ਲੋਕਾਂ ਦੇ ਵਿੱਚ ਵੰਡੀਆਂ ਪਾਉਣ ਵਾਲਾ, ਧਰਮ ਦੇ ਆਧਾਰ ਦੇ ਉੱਤੇ, ਜਾਤ ਦੇ ਆਧਾਰ ਦੇ ਉੱਤੇ ਲੋਕਾਂ ਨੂੰ ਇਸ ਵਕਤ ਖਿੰਡਾਉਣ ਵਾਲਾ, ਉਹ ਇਸ ਮੰਚ ਦੇ ਉੱਤੇ ਆ, ਯਾਨੀ ਕਿ ਉਹ ਪ੍ਰਦਰਸ਼ਨ ਕਰਨ ਦੇ ਹੱਕ ਦੇ ਵਿੱਚ ਹੈ। ਜਿਹੜੇ ਲੋਕਾਂ ਨੂੰ ਇਹ ਲੱਗਦਾ ਕਿ ਇਹਦੇ ਨਾਲ ਕੁਝ ਨਹੀਂ ਫਰਕ ਪੈਂਦਾ, ਉਹ ਇਸ ਵਕਤ ਚੁੱਪ ਵੀ ਵੱਟੀ ਬੈਠੇ ਆ। ਪਰ ਹਿੰਸਕ ਪ੍ਰਦਰਸ਼ਨ ਜਿਹੜੇ ਲਗਾਤਾਰ ਹੋ ਰਹੇ ਆ, ਇਹਦੇ ਵਿੱਚ ਕੁਝ ਕੁ ਰਾਜਨੀਤਿਕ ਲੋਕਾਂ ਦੇ ਵੱਲੋਂ ਸੱਚੀ ਮੁੱਚੀ ਭੂਮਿਕਾ ਵੀ ਨਿਭਾਈ ਜਾ ਰਹੀ ਹੈ। ਜਿਸ ਤਰੀਕੇ ਨਾਲ ਪਿਛਲੇ ਦਿਨੀ ਖਬਰ ਸਾਹਮਣੇ ਆਈ ਸੀ ਕਿ ਪੁਲਿਸ ਵਾਲਿਆਂ ਦੇ ਵੱਲੋਂ ਖੁਦ ਹੀ ਦਿੱਲੀ ਦੇ ਵਿੱਚ ਅੱਗਾਂ ਲਵਾਈਆਂ ਜਾ ਰਹੀਆਂ, ਮਨੀਸ਼ ਸਿਸੋਦੀਆ ਨੇ ਇੱਕ ਵੀਡੀਓ ਜਿਹੜੀ ਉਹ ਆਪਣੇ ਟਵਿੱਟਰ ਖਾਤੇ ਦੇ ਉੱਤੇ ਪਾਈ ਸੀ, ਉਸ ਤੋਂ ਬਾਅਦ ਸਮਝ ਆ ਜਾਂਦੀ ਸੀ ਕਹਾਣੀ ਕਿ ਇਹਦੇ ਪਿੱਛੇ ਰਾਜਨੀਤੀ ਕੀ ਚੱਲ ਰਹੀ ਹੈ, ਸਾਜ਼ਿਸ਼ਾਂ ਕਿਹੜੀਆਂ ਕਿਹੜੀਆਂ ਘੜੀਆਂ ਜਾ ਰਹੀਆਂ। ਸੋ ਭਾਰਤ ਦੇ ਅੱਧੋਂ ਵੱਧ ਹਿੱਸਿਆਂ ਦੇ ਵਿੱਚ ਇਹ ਪ੍ਰਦਰਸ਼ਨ ਸ਼ੁਰੂ ਹੋ ਚੁੱਕੇ ਆ, ਅਤੇ ਜੇਕਰ ਕੇਂਦਰ ਦੀ ਸਰਕਾਰ ਦੇ ਵੱਲੋਂ ਕੁਝ ਨਾ ਕੀਤਾ ਗਿਆ
ਇਸ ਵਕਤ ਇਹਨਾਂ ਪ੍ਰਦਰਸ਼ਨਾਂ ਨੂੰ ਰੋਕਣ ਵਾਸਤੇ ਪ੍ਰਦਰਸ਼ਨਕਾਰੀਆਂ ਦੇ ਨਾਲ ਮੀਟਿੰਗ ਕਰਨ ਦੇ ਮੁਤਲਕ ਜਾਂ ਕੇਂਦਰ ਸਰਕਾਰ ਦੇ ਵੱਲੋਂ ਇਸ ਬਿੱਲ ਦੇ ਮੁਤਲਕ ਕੋਈ ਹੋਰ ਫੈਸਲਾ ਨਾ ਕੀਤਾ ਗਿਆ ਤਾਂ ਇਸ ਪ੍ਰਦਰਸ਼ਨ ਨੇ ਉਹਨਾਂ ਥਾਵਾਂ 'ਤੇ ਵੀ ਪਹੁੰਚ ਜਾਣਾ ਜਿੱਥੇ ਹਾਲੇ ਤੱਕ ਨਹੀਂ ਪਹੁੰਚਿਆ। ਸੋ ਇਸ ਵਕਤ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਲੋੜ ਹੈ, ਜੋੜਨ ਦੀ ਲੋੜ ਆ, ਤੋੜਨ ਦੀ ਨਹੀਂ। ਅਸੀਂ ਹਮੇਸ਼ਾ ਇੱਕ ਧਰਮ ਵਿਸ਼ੇਸ਼ ਦੀ ਗੱਲ ਨਾ ਕਰੀਏ, ਧਰਮਾਂ ਤੋਂ ਉੱਤੇ ਉੱਠ ਕੇ ਮਨੁੱਖ ਬਾਰੇ ਸੋਚਣਾ ਚਾਹੀਦਾ। ਤਾਂ ਦੁੱਖ ਇਸ ਗੱਲ ਦਾ ਕਿ ਇਸ ਵਕਤ ਸਾਡੇ ਭਾਰਤ ਦੇ ਵਿੱਚ ਬਹੁਗਿਣਤੀ ਨੇਤਾ ਇਹੋ ਜਿਹੇ ਆ ਜਿਹੜੇ ਧਰਮ ਦੇ ਆਧਾਰ ਦੇ ਉੱਤੇ ਲੋਕਾਂ ਨੂੰ ਕੱਦੂਕਸ਼ ਕਰ ਰਹੇ ਆ, ਪਰ ਉਹਨਾਂ ਦੀ ਬਾਤ ਅਸਲ ਦਿਲੋਂ ਨਹੀਂ ਪੁੱਛ ਰਹੇ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣੇ ਛੋਟੀ ਜਿਹੀ ਬ੍ਰੇਕ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕੀ ਬਣੇਗਾ? ਹਰ ਰੋਜ਼ ਇਹਦੇ ਮੁਤਲਕ ਲੋਕਾਂ ਦੀ ਆਪੋ ਆਪਣੀ ਸੋਚ ਸਾਹਮਣੇ ਆਉਂਦੀ ਹੈ। ਸੋਸ਼ਲ ਮੀਡੀਆ ਦੇ ਉੱਤੇ ਢੀਂਡਸਾ ਪਿਓ ਪੁੱਤ ਦੇ ਮੁਤਲਕ ਬਹੁਤ ਵੱਡੀ ਚਰਚਾ ਛਿੜੀ ਹੋਈ ਹੈ। ਕੋਈ ਕਹਿੰਦਾ ਜੀ ਪਰਮਿੰਦਰ ਸਿੰਘ ਢੀਂਡਸਾ ਅਤੇ ਸੁਖਦੇਵ ਸਿੰਘ ਢੀਂਡਸਾ ਦਾ ਭਵਿੱਖ ਆ ਜਿਹੜਾ ਰਾਜਨੀਤਿਕ ਖਤਰੇ ਦੇ ਵਿੱਚ ਹੈ। ਕੋਈ ਇਹ ਗੱਲ ਕਹਿੰਦਾ ਕਿ ਢੀਂਡਸਾ ਪਿਓ ਪੁੱਤ ਅਤੇ ਟਕਸਾਲੀ ਸਾਰੇ ਮਿਲ ਕੇ ਨਵਾਂ ਵਕਤ ਪਾਉਣਗੇ ਅਕਾਲੀ ਦਲ ਨੂੰ, ਪਰ ਸੱਚੀ ਮੁੱਚੀ ਕਿਹਨੂੰ ਕਿਹਨੇ ਵਕਤ ਪਾ ਦੇਣਾ ਇਹਦੇ ਬਾਬਤ ਕੋਈ ਵੀ ਗੱਲ ਖੁੱਲ੍ਹ ਕੇ ਸਪੱਸ਼ਟ ਤੌਰ ਦੇ ਉੱਤੇ ਹਾਲ ਦੀ ਕੜੀ ਕਹੀ ਨਹੀਂ ਜਾ ਸਕਦੀ। ਪਰ ਇੱਦਾਂ ਜ਼ਰੂਰ ਜਾਪਦਾ ਵੀ ਸੁਖਦੇਵ ਸਿੰਘ ਢੀਂਡਸਾ ਹੋਰੀ ਅੱਜ ਖਬਰਾਂ ਦੇ ਵਿੱਚ ਹੈ। ਉਹਨਾਂ ਨੇ ਜਿਸ ਤਰੀਕੇ ਦੇ ਨਾਲ ਬਗਾਵਤ ਦਾ ਝੰਡਾ ਚੁੱਕਿਆ, ਇਹ ਖਬਰਾਂ ਬਣ ਰਹੀਆਂ ਅਤੇ ਬਣਦੀਆਂ ਰਹਿਣੀਆਂ ਹਾਲੇ ਹਫ਼ਤਾ, ਦੋ ਹਫ਼ਤੇ, ਤਿੰਨ ਹਫ਼ਤੇ, ਪਰ ਉਸ ਤੋਂ ਬਾਅਦ ਦੋ ਵਰੇ ਹਾਲੇ ਪਏ ਆ ਵੋਟਾਂ ਦੇ ਵਿੱਚ, ਯਾਨੀ ਕਿ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ 2022 ਦੇ ਵਿੱਚ। ਉਦੋਂ ਤੱਕ ਇਹੋ ਜਿਹੀਆਂ ਕਿਹੜੀਆਂ ਗਤੀਵਿਧੀਆਂ ਰੱਖੀਆਂ ਜਾਣਗੀਆਂ ਜਾਰੀ ਜਿਹਦੇ ਕਰਕੇ ਉਹ ਚਰਚਾ ਦੇ ਵਿੱਚ ਰਹਿਣ ਅਤੇ ਟਕਸਾਲੀ ਅਕਾਲੀ ਦਲ ਆ ਜਿਹੜਾ ਜਿਉਂਦਾ ਰਹੇ? ਕਿਉਂਕਿ ਇਉਂ ਲੱਗਦਾ ਸੀ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਟਕਸਾਲੀ ਦਲ ਹੋਇਆ ਨਾ ਹੋਇਆ ਇੱਕ ਬਰਾਬਰ ਹੈ। ਇਹ ਤਾਂ ਢੀਂਡਸਾ ਹੋਰਾਂ ਦੀ ਬਗਾਵਤ ਨੇ ਇੱਕ ਨਵੀਂ ਊਰਜਾ ਦਿੱਤੀ ਹੈ ਇਸ ਦਲ ਨੂੰ, ਪਰ ਇਹ ਊਰਜਾ ਵੀ ਕਿੰਨੀ ਕੁ ਦੇਰ ਕੰਮ ਕਰੂ ਇਹਦੇ ਵੱਲ ਸਭ ਦਾ ਧਿਆਨ ਟਿਕਿਆ ਰਹਿਣਾ। ਜੇ ਮੰਨ ਲਓ ਢੀਂਡਸਾ ਸਾਹਿਬ ਨੂੰ ਕਿਸੇ ਹੋਰ ਧਿਰ ਦਾ ਥਾਪੜਾ ਵੀ ਹੋਵੇ ਜਿਹਨੇ ਅੱਗੇ ਕੀਤਾ ਹੋਵੇ, ਮੰਨ ਲਓ, ਤਾਂ ਉਹਦੇ ਨਾਲ ਵੀ ਕਿੰਨਾ ਕੁ ਫਰਕ ਪਊਗਾ? ਕਿਉਂਕਿ ਖਬਰਾਂ ਜਿਹੜੀਆਂ ਉਹਦੇ ਵਿੱਚ ਰਹਿਣਾ ਲੀਡਰ ਲਈ ਬੜਾ ਜ਼ਰੂਰੀ ਹੁੰਦਾ। ਅਤੇ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਖੁੱਡੇ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਲੱਗਦਾ ਇਹ ਹੈ ਕਿ ਆਉਂਦੇ ਕੁਝ ਕਿਰਡਾਂ ਦੇ ਵਿੱਚ ਢੀਂਡਸਾ ਸਾਹਿਬ ਨੂੰ ਹੋ ਸਕਦਾ ਹੈ ਪਾਰਟੀ ਦੇ ਵਿੱਚੋਂ ਬਾਹਰ ਵੀ ਕੱਢ ਦਿੱਤਾ ਜਾਵੇ। ਢੀਂਡਸਾ ਸਾਹਿਬ ਹੁਣ ਤੱਕ ਕਈ ਵਾਰ ਇਹ ਗੱਲ ਕਹਿ ਚੁੱਕੇ ਆ ਕਿ ਜੇਕਰ ਚਾਹੁੰਦੀ ਆ ਪਾਰਟੀ ਤਾਂ ਉਹ ਮੈਨੂੰ ਬਾਹਰ ਕੱਢ ਸਕਦੀ ਹੈ, ਮੈਨੂੰ ਕੋਈ ਇਤਰਾਜ਼ ਨਹੀਂ, ਪਰ ਮੈਂ ਆਪਣੇ ਫੈਸਲੇ ਦੇ ਉੱਤੇ ਅੜਿੱਗਾ ਅਤੇ ਮੈਂ ਪਿੱਛੇ ਨਹੀਂ ਮੁੜਨਾ, ਅਤੇ ਜੋ ਕੁਝ ਹੁਣ ਤੱਕ ਮੈਂ ਦੇਖਦਾ ਰਿਹਾ ਮੈਂ ਉਹਦੇ ਮੁਤਲਕ ਹੀ ਸਾਰਾ ਕੁਝ ਬੋਲ ਰਿਹਾ। 21 ਤਰੀਕ ਨੂੰ ਯਾਨੀ ਕਿ ਅੱਜ ਆਪਾਂ ਸਾਰੇ ਜਾਣਦੇ ਹਾਂ ਕਿ ਅਕਾਲੀ ਦਲ ਦੇ ਵੱਲੋਂ ਪਟਿਆਲੇ ਦੇ ਵਿੱਚ ਇੱਕ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਪਹੁੰਚਦੇ ਜਾਂ ਨਹੀਂ ਪਹੁੰਚਦੇ ਇਹਦੇ ਬਾਬਤ ਹੁਣ ਤੋਂ ਥੋੜ੍ਹੇ ਕੁ ਸਮੇਂ ਬਾਅਦ ਸਾਰੀ ਗੱਲ ਸਾਫ਼ ਹੋ ਜਾਣੀ ਹੈ। ਜਦੋਂ ਤੱਕ ਇਹ ਪ੍ਰੋਗਰਾਮ ਦਰਸ਼ਕ ਦੇਖ ਰਹੇ ਹੋਣਗੇ ਉਦੋਂ ਤੱਕ ਇਸ ਮੁਤਲਕ ਕੋਈ ਵੀ ਖਬਰ ਆ ਸਕਦੀ ਹੈ। ਪਰ ਜੇ ਤਾਂ ਢੀਂਡਸਾ ਸਾਹਿਬ ਯਾਨੀ ਕਿ ਪਰਮਿੰਦਰ ਸਿੰਘ ਇਸ ਰੈਲੀ ਦੇ ਵਿੱਚ ਪਹੁੰਚ ਜਾਂਦੇ ਆ ਜਿਹੜੀ ਕਿ ਕਾਂਗਰਸ ਦੇ ਖਿਲਾਫ਼ ਆ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਉਲੀਕੀ ਗਈ ਆ ਪਟਿਆਲਾ ਸ਼ਹਿਰ ਦੇ ਵਿੱਚ, ਫਿਰ ਤਾਂ ਮੰਨਿਆ ਜਾਊਗਾ ਜੀ ਕਿ ਸੁਖਦੇਵ ਸਿੰਘ ਢੀਂਡਸਾ ਦੇ ਨਾਲੋਂ ਪਰਮਿੰਦਰ ਸਿੰਘ ਅੱਡ ਸੋਚ ਰੱਖਦੇ ਆ। ਪਰ ਜੇਕਰ ਪਰਮਿੰਦਰ ਸਿੰਘ ਹੋਰੀ ਇਸ ਰੈਲੀ ਦੇ ਵਿੱਚ ਵੀ ਨਹੀਂ ਪਹੁੰਚਦੇ, ਜਿਵੇਂ ਕਿ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਮੌਕੇ ਨਹੀਂ ਸੀ ਪਹੁੰਚੇ, ਤਾਂ ਉਸ ਤੋਂ ਬਾਅਦ ਇਹ ਗੱਲ ਸਾਫ਼ ਹੋ ਜੂਗੀ ਕਿ ਢੀਂਡਸਾ ਪਿਓ ਪੁੱਤ ਇੱਕ ਪਾਸੇ ਹੋ ਗਏ ਆ। ਉਹਨਾਂ ਦੇ ਘਰ ਦਾ ਮਸਲਾ, ਉਹਨਾਂ ਨੇ ਕਿਹਾ ਵੀ ਅਸੀਂ ਇਕੱਠੇ ਰਹਿਣਾ, ਅਤੇ ਇੱਧਰ ਅਕਾਲੀ ਦਲ ਦੇ ਖਿਲਾਫ਼ ਉਹਨਾਂ ਨੇ ਬਗਾਵਤ ਦਾ ਝੰਡਾ ਚੁੱਕ ਲਿਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸੀਨੀਅਰ ਨੇਤਾ ਅਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲੋਂ ਤੋੜ ਵਿਛੋੜਾ ਤੈਅ ਹੈ। ਢੀਂਡਸਾ ਦੇ ਬੇਬਾਕ ਖੁਲਾਸਿਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜਿਸ ਤਰੀਕੇ ਨਾਲ ਆਪਣੀ ਪੂਰੀ ਫੌਜ ਉਹਨਾਂ ਦੇ ਖਿਲਾਫ਼ ਉਤਾਰ ਚੁੱਕੇ ਨੇ, ਉਸ ਤੋਂ ਬਾਅਦ ਤੈਅ ਹੈ ਕਿ ਢੀਂਡਸਾ ਨੂੰ ਹੁਣ ਕੋਈ ਨਾ ਕੋਈ ਪਾਸਾ ਕਰਨਾ ਹੀ ਪਵੇਗਾ। ਦਰਅਸਲ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਬਲਕਿ ਬਾਦਲ ਪਰਿਵਾਰ ਦਾ ਵਿਰੋਧ ਕਰ ਰਹੇ ਨੇ। ਉੱਧਰ ਬਾਦਲ ਪਰਿਵਾਰ ਨੇ ਵੀ ਢੀਂਡਸਾ ਦੀ ਰਣਨੀਤੀ ਅਪਣਾਉਂਦਿਆਂ ਖੁਦ ਵਾਰ ਕਰਨ ਦੀ ਥਾਂ ਅਕਾਲੀ ਲੀਡਰਾਂ ਨੂੰ ਹੀ ਉਹਨਾਂ ਦੇ ਖਿਲਾਫ਼ ਕਰ ਦਿੱਤਾ। ਢੀਂਡਸਾ ਨੂੰ ਉਹਨਾਂ ਦੇ ਜੱਦੀ ਜ਼ਿਲ੍ਹਿਆਂ ਦੇ ਵਿੱਚ ਘੇਰਨ ਦੀ ਰਣਨੀਤੀ ਤਹਿਤ ਅਕਾਲੀ ਲੀਡਰਸ਼ਿਪ ਨੇ ਵੱਡਾ ਪੱਤਾ ਖੇਡਿਆ। ਵੀਰਵਾਰ ਨੂੰ ਦੋਹਾਂ ਜ਼ਿਲ੍ਹਿਆਂ ਦੀ ਸੀਨੀਅਰ ਲੀਡਰਸ਼ਿਪ ਨੇ ਢੀਂਡਸਾ ਦੇ ਖਿਲਾਫ਼ ਤਿੱਖੇ ਸ਼ਬਦ ਹਮਲੇ ਕੀਤੇ ਨੇ। ਦਿਲਚਸਪ ਹੈ ਕਿ ਢੀਂਡਸਾ ਵੱਲੋਂ ਵਰਕਰਾਂ ਦਾ ਇਕੱਠ ਕਰਨ ਤੋਂ ਇੱਕ ਦਿਨ ਬਾਅਦ ਹੀ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਨਾਲ ਸੰਬੰਧਿਤ ਹਲਕਾ ਇੰਚਾਰਜਾਂ, ਜ਼ਿਲ੍ਹਾ ਪ੍ਰਧਾਨਾਂ, ਸਰਕਲ ਪ੍ਰਧਾਨਾਂ ਅਤੇ SGPC ਮੈਂਬਰਾਂ ਦੀ ਸਿਆਸੀ ਪਰੇਡ ਕਰਵਾ ਕੇ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਭਰੋਸਾ ਪ੍ਰਗਟਾਇਆ ਗਿਆ। ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ 3 ਮੈਂਬਰਾਂ ਅਤੇ 1 ਸਰਕਲ ਪ੍ਰਧਾਨ ਨੂੰ ਛੱਡ ਕੇ ਦੋਵੇਂ ਜ਼ਿਲ੍ਹਿਆਂ ਦੇ SGPC ਮੈਂਬਰ, ਸਾਰੇ ਹਲਕਾ ਇੰਚਾਰਜ ਅਤੇ ਸਰਕਲ ਪ੍ਰਧਾਨ ਸੁਖਬੀਰ ਬਾਦਲ ਦੇ ਨਾਲ ਨੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਝੂੰਦਾ ਨੇ ਢੀਂਡਸਾ ਦੇ ਖਿਲਾਫ਼ ਤਿੱਖੀ ਸੁਰ ਦੇ ਵਿੱਚ ਸਿਆਸੀ ਹਮਲੇ ਕੀਤੇ। ਅਕਾਲੀ ਨੇਤਾਵਾਂ ਦਾ ਦਾਅਵਾ
ਕਿ ਸੁਖਦੇਵ ਸਿੰਘ ਢੀਂਡਸਾ ਪਾਰਟੀ ਦੇ ਮੁੱਢਲੇ ਮੈਂਬਰ ਹੀ ਨਹੀਂ ਕਿਉਂਕਿ ਉਹਨਾਂ ਨੇ ਭਰਤੀ ਮੁਹਿੰਮ ਮੌਕੇ 10 ਰੁਪਏ ਦੀ ਮੈਂਬਰਸ਼ਿਪ ਫੀਸ ਨਹੀਂ ਭਰੀ। ਧੂੰਦਾ ਨੇ ਇਹ ਦੋਸ਼ ਲਾਇਆ ਕਿ ਢੀਂਡਸਾ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੁਰਾਣੀ ਯਾਰੀ ਹੈ ਅਤੇ ਉਹਨਾਂ ਦੀ ਸ਼ਹਿ ਦੇ ਉੱਤੇ ਢੀਂਡਸਾ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰਦੇ ਰਹੇ ਨੇ। ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੇ ਕਿਹਾ ਕਿ ਢੀਂਡਸਾ ਵੱਲੋਂ ਬੁਲਾਈ ਗਈ ਮੀਟਿੰਗ ਦੇ ਵਿੱਚ ਕਾਂਗਰਸੀ ਅਤੇ ਹੋਰ ਪਾਰਟੀਆਂ ਦੇ ਵਰਕਰ ਸ਼ਾਮਲ ਸਨ ਅਤੇ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੋਈ ਸੰਬੰਧ ਨਹੀਂ। ਅਕਾਲੀ ਨੇਤਾਵਾਂ ਦੇ ਹਮਲੇ ਸਪਸ਼ਟ ਸੰਕੇਤ ਦੇ ਗਏ ਨੇ ਕਿ ਢੀਂਡਸਾ ਦੀ ਹੁਣ ਅਕਾਲੀ ਦਲ ਦੇ ਵਿੱਚ ਕੋਈ ਥਾਂ ਨਹੀਂ ਬਚੀ ਅਤੇ ਬਾਕੀ ਆਉਣ ਵਾਲਾ ਵਕਤ ਸਭ ਕੁਝ ਸਾਫ਼ ਕਰ ਦੇਵੇਗਾ। ਇਸ ਖਬਰ ਦੇ ਉੱਤੇ ਸੰਖੇਪ ਦੇ ਵਿੱਚ ਟਿੱਪਣੀ ਕਰਦਿਆਂ ਦੋਸਤੋ ਇਹ ਗੱਲ ਕਹਾਂਗੇ ਕਿ ਜਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪ ਬੋਲਣ ਦੀ ਥਾਂ ਦੇ ਉੱਤੇ ਵੱਖ ਵੱਖ ਪਾਰਟੀ ਆਗੂਆਂ ਨੂੰ ਅੱਗੇ ਕੀਤਾ ਅਤੇ ਉਹਨਾਂ ਦੇ ਵੱਲੋਂ ਢੀਂਡਸਾ ਦੇ ਖਿਲਾਫ਼ ਮੋਰਚਾ ਖੋਲ੍ਹ ਲਿਆ ਗਿਆ। ਉਸ ਤੋਂ ਬਾਅਦ ਇਹ ਗੱਲ ਬੜੀ ਸਾਫ਼ ਹੋ ਜਾਂਦੀ ਹੈ ਕਿ ਢੀਂਡਸਾ ਵਾਸਤੇ ਦਰਵਾਜ਼ੇ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਬੰਦ ਹੋ ਜਾਣੇ ਆ ਜਾਂ ਇਹ ਗੱਲ ਕਹਿ ਦਈਏ ਕਿ ਹੋ ਹੀ ਚੁੱਕੇ ਆ। ਹਾਲਾਂਕਿ ਢੀਂਡਸਾ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਪਰਵਾਹ ਨਹੀਂ ਕਿਸੇ ਗੱਲ ਦੀ, ਉਹ ਬਿਲਕੁਲ ਨਹੀਂ ਡਰਦੇ, ਉਹਨਾਂ ਨੇ ਪਾਰਟੀ ਦੇ ਵਿੱਚ ਹੀ ਰਹਿਣ ਦਾ ਪ੍ਰਣ ਕੀਤਾ ਪਰ ਜੇਕਰ ਪਾਰਟੀ ਚਾਹੁੰਦੀ ਉਹਨਾਂ ਨੂੰ ਕੱਢ ਦੇਵੇ। ਅੱਜ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਜੀ ਕਿ ਮੈਂ ਰਾਜ ਸਭਾ ਦੀ ਮੈਂਬਰੀ ਨਹੀਂ ਛੱਡਾਂਗਾ, ਇਹ ਮੇਰਾ ਅਧਿਕਾਰ ਵੀ ਹੈ ਅਤੇ ਇਹ ਮੇਰੇ ਜ਼ਿੰਮੇ ਆਉਂਦੀਆਂ ਜਿਹੜੀਆਂ ਗੱਲਾਂ ਉਹਨਾਂ ਦੀ ਪੂਰਤੀ ਕਰਨ ਦਾ ਵੇਲਾ ਵੀ ਹੈ। ਪਰ ਸੁਖਬੀਰ ਸਿੰਘ ਬਾਦਲ ਖੁਦ ਜਦੋਂ ਵੀ ਬੋਲਦੇ ਉਹ ਕਹਿੰਦੇ ਜੀ ਕਿ ਢੀਂਡਸਾ ਸਾਹਿਬ ਮੇਰੇ ਪਿਤਾ ਸਮਾਨ ਆ, ਆਪ ਉਹ ਪਿਤਾ ਸਮਾਨ ਹੀ ਰੱਖਣਗੇ ਢੀਂਡਸਾ ਹੋਰਾਂ ਨੂੰ, ਪਰ ਉਹਨਾਂ ਦੀ ਫੌਜ ਆ ਜਿਹੜੀ ਉਹਨਾਂ ਦੇ ਵੱਲੋਂ ਲਗਾਤਾਰ ਢੀਂਡਸਾ ਹੋਰਾਂ ਨੂੰ ਘੇਰਿਆ ਜਾਊਗਾ, ਯਾਨੀ ਕਿ ਢੀਂਡਸਾ ਹੋਰੀ ਬਾਦਲ ਪਰਿਵਾਰ ਦੇ ਉੱਤੇ ਵਾਰ ਕਰਦੇ ਆ ਅਤੇ ਉਹਨਾਂ ਦੇ ਹਲਕੇ ਯਾਨੀ ਕਿ ਪਟਿਆਲਾ ਅਤੇ ਸੰਗਰੂਰ ਦੇ ਜਿਹੜੇ ਨੇਤਾ ਨੇ ਅਕਾਲੀ ਦਲ ਦੇ ਉਹ ਹੁਣ ਮੋੜਵਾਂ ਉੱਤਰ ਢੀਂਡਸਾ ਹੋਰਾਂ ਨੂੰ ਲਗਾਤਾਰ ਦੇਣਾ ਸ਼ੁਰੂ ਕਰ ਚੁੱਕੇ ਆ ਅਤੇ ਆਉਂਦੇ ਦਿਨਾਂ ਦੇ ਵਿੱਚ ਇਹ ਖਬਰਾਂ ਹੋਰ ਗਰਮ ਜੋਸ਼ੀ ਨਾਲ ਸਾਹਮਣੇ ਆਉਣਗੀਆਂ। ਸੋ ਢੀਂਡਸਾ ਹੋਰਾਂ ਨੂੰ ਕਦੋਂ ਪਾਰਟੀ ਦੇ ਵਿੱਚੋਂ ਕੱਢਿਆ ਜਾਂਦਾ ਜਾਂ ਢੀਂਡਸਾ ਹੋਰੀ ਖੁਦ ਕਦੋਂ ਅਸਤੀਫਾ ਦੇ ਜਾਂਦੇ ਆ, ਇਹਦੇ ਵੱਲ ਸਭ ਦੀਆਂ ਨਜ਼ਰਾਂ ਟਿੱਕੀਆਂ ਰਹਿਣੀਆਂ। ਪਰ ਜਿਵੇਂ ਅਸੀਂ ਮੁੱਢ ਦੇ ਵਿੱਚ ਇਹ ਗੱਲ ਕਹੀ ਆ ਕਿ ਹਾਲੇ ਵੋਟਾਂ ਦੇ ਵਿੱਚ 2 ਵਰੇ ਪਏ ਆ, ਇਹਨਾਂ 2 ਵਰਿਆਂ ਦੇ ਵਿੱਚ ਢੀਂਡਸਾ ਸਾਹਿਬ ਆਪਣੀ ਰਾਜਨੀਤਿਕ ਪਾਰੀ ਕਿਵੇਂ ਖੇਡਣਗੇ, ਇਹਨਾਂ 2 ਵਰਿਆਂ ਦੇ ਵਿੱਚ ਉਹ ਆਪਣੀਆਂ ਸਰਗਰਮੀਆਂ ਨੂੰ ਕਿਵੇਂ ਜਾਰੀ ਰੱਖਣਗੇ, ਕਿਉਂਕਿ ਆਮ ਤੌਰ ਦੇ ਉੱਤੇ ਜਦੋਂ ਕਿਸੇ ਵੀ ਬੰਦੇ ਦਾ ਦੂਜੇ ਦਲ ਦੇ ਨਾਲ ਕੋਈ ਮੇਲ ਜੋਲ ਹੁੰਦਾ ਉਹ 2-4-5-7 ਮਹੀਨਿਆਂ ਵਾਸਤੇ ਚੱਲਦਾ, ਜਿਵੇਂ ਕਿ ਅਸੀਂ ਹੁਣ ਤੱਕ ਦੇਖਦੇ ਆਏ ਹਾਂ। ਪਰ 2 ਸਾਲ ਦਾ ਲੰਮਾ ਸਮਾਂ ਕਿਸ ਤਰੀਕੇ ਨਾਲ ਟਕਸਾਲੀ ਇਕੱਠੇ ਹੋ ਕੇ ਅੱਗੇ ਵਧਣਗੇ, ਕਿਸ ਤਰੀਕੇ ਦੇ ਨਾਲ ਜਿਹਨੇ ਵੀ ਥਾਪੜਾ ਦਿੱਤਾ ਉਹ ਢੀਂਡਸਾ ਸਾਹਿਬ ਨੂੰ ਥਾਪੜਾ ਇਵੇਂ ਹੀ ਦਿੰਦੇ ਰਹਿਣਗੇ, ਜਾਂ ਢੀਂਡਸਾ ਸਾਹਿਬ ਜਿਹੜੇ ਵੀ ਸਿਧਾਂਤ ਦੀ ਗੱਲ ਕਰਦੇ ਆ ਉਹ ਉਸ ਦੇ ਉੱਤੇ ਅਡਿੱਗ ਰਹਿਣਗੇ, ਇਹਦੇ ਵੱਲ ਸਭ ਦੀ ਨਿਗਾਹ ਟਿੱਕੀ ਰਹਿਣੀ ਹੈ। ਸੋ ਅਕਾਲੀ ਦਲ ਨੂੰ ਅੰਦਰੋਂ ਤਾਂ ਇਸ ਗੱਲ ਦਾ ਫਿਕਰ ਸਤਾ ਰਿਹਾ ਕਿ ਜਿਵੇਂ ਢੀਂਡਸਾ ਸਾਹਿਬ ਕਹਿੰਦੇ ਆ ਜੀ ਕਿ ਬਾਦਲ ਪਰਿਵਾਰ ਦੇ ਨਾਲ ਜੁੜੇ ਹੋਏ ਕਈ ਮੈਂਬਰ ਹੋਰ ਸੀਨੀਅਰ ਨੇਤਾ ਸਾਡੇ ਨਾਲ ਜੁੜੇ ਹੋਏ ਆ, ਆਉਂਦੇ ਸਮੇਂ 'ਚ ਅਸੀਂ ਧਮਾਕਾ ਕਰਾਂਗੇ, ਕਿਤੇ ਸੱਚੀ ਮੁੱਚੀ ਕੋਈ ਵੱਡੇ ਨੇਤਾ ਨਾਲ ਪੱਟ ਕੇ ਲੈ ਜਾਣ। ਪਰ ਉੱਦਾਂ ਇਹ ਵੀ ਗੱਲ ਬਾਦਲ ਪਰਿਵਾਰ ਦੇ ਵੱਲੋਂ ਸੋਚ ਲਈ ਗਈ ਹੈ ਕਿ ਹੁਣ ਆਰ ਪਾਰ ਦੀ ਲੜਾਈ ਲੜਨ ਦਾ ਵੇਲਾ, ਜੇਕਰ ਜਾਂਦੇ ਆ ਤਾਂ ਜਾਣ ਦਿਓ, ਜੋ ਸਾਡੇ ਹੱਥ ਦੇ ਵਿੱਚ ਹੈ ਹਾਲ ਦੀ ਕੜੀ ਉਸ ਨੂੰ ਸੰਭਾਲ ਕੇ ਰੱਖਣਾ ਸਭ ਤੋਂ ਵੱਧ ਜ਼ਰੂਰੀ ਹੈ। ਉੱਤਰ ਪ੍ਰਦੇਸ਼ ਦੇ ਸਾਬਕਾ ਭਾਜਪਾਈ ਵਿਧਾਇਕ ਕੁਲਦੀਪ ਸਿੰਗਰ ਦੀ ਕਿਸਮਤ ਦਾ ਫੈਸਲਾ ਅੱਜ ਮਾਣਯੋਗ ਅਦਾਲਤ ਦੇ ਵੱਲੋਂ ਕਰ ਦਿੱਤਾ ਗਿਆ। 2017 ਦੇ ਵਿੱਚ ਕੁਕਰਮ ਕੀਤਾ ਗਿਆ, ਨਾਬਾਲਗ ਕੁੜੀ ਨਾਲ ਦੋਸ਼ ਲੱਗੇ ਸੀ, ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ, ਜਿਸ ਤਰੀਕੇ ਨਾਲ ਇਸੇ ਵਰ੍ਹੇ ਯਾਨੀ ਕਿ 2019 ਦੇ ਵਿੱਚ ਉਸ ਪੀੜਿਤ ਕੁੜੀ ਅਤੇ ਉਹਦੇ ਪਰਿਵਾਰ ਦੇ ਜੀ ਦੇ ਵੱਲੋਂ ਕਾਰ ਦੇ ਵਿੱਚ ਸਫ਼ਰ ਕੀਤਾ ਜਾ ਰਿਹਾ ਸੀ, ਇੱਕ ਟਰੱਕ ਦੇ ਨਾਲ ਟੱਕਰ ਹੋਈ, ਉਸ ਕੁੜੀ ਦੀ ਮਾਸੀ ਅਤੇ ਚਾਚੀ ਦੀ ਮੌਤ ਹੋ ਗਈ। ਵਕੀਲ ਅਤੇ ਇਸ ਸੰਬੰਧਿਤ ਪੀੜਿਤ ਕੁੜੀ ਹੈ ਜਿਹੜੀ, ਇਹ ਹਾਲੇ ਤੱਕ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਅੱਜ ਪੀੜਿਤ ਕੁੜੀ ਦੇ ਮਾਪਿਆਂ ਨੇ ਇਹ ਗੱਲ ਕਹੀ ਹੈ ਕਿ ਸਾਡੇ ਮਨ ਨੂੰ ਤਸੱਲੀ ਬਹੁਤ ਹੋਈ ਹੈ, ਸਾਡੇ ਮਨ ਨੂੰ ਸੰਤੁਸ਼ਟੀ ਹੋਈ ਹੈ ਕੁਝ ਹੱਦ ਤੱਕ, ਕਿਉਂਕਿ ਸਾਨੂੰ ਲੱਗਦਾ ਨਹੀਂ ਸੀ ਕਿ ਕੁਲਦੀਪ ਸਿੰਗਰ ਵਰਗੇ, ਬਾਹੂਬਲੀ ਕੁਲਦੀਪ ਸਿੰਗਰ ਵਰਗੇ ਸੱਤਾਧਾਰੀ ਧਿਰ ਦੇ ਵਿਧਾਇਕ ਦੇ ਖਿਲਾਫ਼ ਇੰਨੀ ਵੱਡੀ ਕਾਰਵਾਈ ਹੋਊਗੀ। 25 ਲੱਖ ਰੁਪਏ ਦਾ ਜੁਰਮਾਨਾ ਅਤੇ ਕੁਲਦੀਪ ਸਿੰਗਰ ਨੂੰ ਉਮਰ ਭਰ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੰਖੇਪ ਦੇ ਵਿੱਚ ਪਹਿਲਾਂ ਇਹਦਾ ਵੇਰਵਾ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਉੱਤਰ ਪ੍ਰਦੇਸ਼ ਦੇ ਉਨਾਵ ਖੇਤਰ ਦੇ ਵਿੱਚ ਨਾਬਾਲਗ ਕੁੜੀ ਦੇ ਨਾਲ ਸਮੂਹਕ ਜਬਰ ਜਨਾਹ ਦੇ 2 ਸਾਲ ਪੁਰਾਣੇ ਮਾਮਲੇ ਦੇ ਵਿੱਚ ਦੋਸ਼ੀ ਵਿਧਾਇਕ ਕੁਲਦੀਪ ਸਿੰਘ ਸਿੰਗਰ ਉਮਰ 53 ਸਾਲ ਨੂੰ ਦਿੱਲੀ ਦੇ ਅਦਾਲਤ ਦੇ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ। ਕੋਰਟ ਨੇ ਕਿਹਾ ਕਿ ਉਸ ਨੂੰ ਮੌਤ ਤੱਕ ਜੇਲ੍ਹ ਦੇ ਵਿੱਚ ਰੱਖਿਆ ਜਾਵੇ। ਸਿੰਗਰ 'ਤੇ 25 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ। ਸਿੰਗਰ ਨੂੰ ਭਾਜਪਾ ਦੇ ਵਿੱਚੋਂ ਕੱਢਿਆ ਜਾ ਚੁੱਕਿਆ। 2017 ਦੇ ਵਿੱਚ ਕੁਲਦੀਪ ਅਤੇ ਉਸ ਦੇ ਸਾਥੀਆਂ ਨੇ ਉਨਾਵ ਦੇ ਵਿੱਚ ਕੁੜੀ ਨੂੰ ਅਗਵਾ ਕਰਕੇ ਸਮੂਹਕ ਜਬਰ ਜਨਾਹ ਕੀਤਾ ਸੀ। 2017 ਦੇ ਜੁਲਾਈ ਮਹੀਨੇ ਦੇ ਵਿੱਚ ਪੀੜਿਤ ਕੁੜੀ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਦਾ ਦੋਸ਼ ਵਿਧਾਇਕ ਦੇ ਉੱਤੇ ਲੱਗਾ, ਪਰ ਜਾਂਚ ਦੇ ਵਿੱਚ ਉਹਨੂੰ ਕਲੀਨ ਚਿੱਟ ਮਿਲ ਗਈ। ਅਦਾਲਤ ਨੇ ਕਿਹਾ ਸਿੰਗਰ ਇੱਕ ਜਨਪ੍ਰਤੀਨਿਧੀ ਸੀ ਪਰ ਉਸ ਨੇ ਲੋਕਾਂ ਦਾ ਭਰੋਸਾ ਤੋੜਿਆ। ਅਦਾਲਤ ਨੇ ਪੀੜਿਤ ਨੂੰ ਮੁਆਵਜ਼ੇ ਦੇ ਤੌਰ ਦੇ ਉੱਤੇ 10 ਲੱਖ ਰੁਪਇਆ ਦੇਣ ਦਾ ਐਲਾਨ ਕੀਤਾ। ਦੋਸ਼ੀ ਸਿੰਗਰ ਨੂੰ ਇਹ ਰਾਸ਼ੀ 1 ਮਹੀਨੇ ਦੇ ਅੰਦਰ ਦੇਣੀ ਪਵੇਗੀ। ਇਸ ਖਬਰ 'ਤੇ ਟਿੱਪਣੀ ਕਰਦਿਆਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਦੋਂ ਵਾੜ ਖੇਤ ਨੂੰ ਖਾਣ ਲੱਗ ਜਾਵੇ ਫਿਰ ਖੇਤ ਦੀ ਰਾਖੀ ਕਰੂਗਾ ਕੌਣ? ਸਭ ਤੋਂ ਵੱਡਾ ਸਵਾਲ ਇਹ ਹੈ। ਜੇਕਰ ਇਸ ਵਕਤ ਭਾਜਪਾ ਦੇ ਵਿਧਾਇਕ, ਭਾਜਪਾ ਦੇ ਵੱਖ ਵੱਖ ਵੱਡੇ ਛੋਟੇ ਨੇਤਾ
ਇਹੋ ਜਿਹੇ ਦੋਸ਼ਾਂ ਦੇ ਵਿੱਚ ਲਿਬੜੇ ਹੋਣਗੇ ਤਾਂ ਫਿਰ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਮੁਹਿੰਮ ਅੱਗੇ ਕਿਵੇਂ ਵੱਧ ਸਕਦੀ ਹੈ? ਇਹਦੇ ਬਾਬਤ ਜ਼ਰੂਰ ਹਰ ਵਿਅਕਤੀ ਦੇ ਮਨ ਦੇ ਵਿੱਚ ਸਵਾਲ ਉੱਠਣਾ ਕੁਦਰਤੀ ਹੈ। ਭਾਰਤ ਦੇ ਵਿੱਚ ਇਹੋ ਜਿਹੇ ਨੇਤਾਵਾਂ ਦੀ ਘਾਟ ਨਹੀਂ ਜਿਨ੍ਹਾਂ ਦੇ ਉੱਤੇ ਜਬਰ ਜਨਾਹ ਦੇ ਦੋਸ਼ ਲੱਗੇ ਜਾਂ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਜਾਂ ਜਿਨ੍ਹਾਂ ਨੇ ਜਬਰ ਜਨਾਹ ਕਰ ਲਿਆ। ਜੇ ਉਹਨਾਂ ਨੇ ਆਪ ਨਹੀਂ ਕੀਤਾ, ਉਹਨਾਂ ਦੇ ਪੁੱਤਾਂ ਵੱਲੋਂ, ਭਤੀਜਿਆਂ ਵੱਲੋਂ, ਭਾਣਜਿਆਂ ਦੇ ਵੱਲੋਂ ਇਹ ਕਰਤੂਤਾਂ ਕੀਤੀਆਂ ਗਈਆਂ। ਇਸੇ ਕਰਕੇ ਇਹਨਾਂ ਲੋਕਾਂ ਦੇ ਵੱਲੋਂ ਕਾਨੂੰਨ ਸਖ਼ਤ ਨਹੀਂ ਕੀਤੇ ਜਾ ਰਹੇ ਕਿਉਂਕਿ ਫਾਹਾ ਸਭ ਤੋਂ ਪਹਿਲਾਂ ਇਹਨਾਂ ਦੇ ਗਲ ਦੇ ਵਿੱਚ ਪੈਣਾ। ਕੁਲਦੀਪ ਸਿੰਗਰ ਨੇ ਜੋ ਕਰਤੂਤ ਕੀਤੀ ਉਹਨੂੰ ਅੱਜ ਦਿੱਲੀ ਦੀ 30,000 ਅਦਾਲਤ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ। ਹੁਣ ਉਸ ਦੇ ਵੱਲੋਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਾਣਾ ਕੁਦਰਤੀ ਹੈ। ਉਸ ਤੋਂ ਬਾਅਦ ਉਹ ਸੁਪਰੀਮ ਕੋਰਟ ਤੱਕ ਜਾਣ ਦਾ ਹੱਕਦਾਰ ਹੈ, ਪਰ ਉਹਦੇ ਨਾਲ ਜੁੜੀਆਂ ਜਿਹੜੀਆਂ ਹੁਣ ਤੱਕ ਦੀਆਂ ਗੱਲਾਂ ਸਾਹਮਣੇ ਆਈਆਂ ਉਹ ਅਸਲ ਦੇ ਵਿੱਚ ਰੌਂਗਟੇ ਖੜ੍ਹੇ ਕਰ ਦਿੰਦੀਆਂ। ਲੋਕ ਕੰਡਾ ਖੜ੍ਹਾ ਹੋ ਜਾਂਦਾ ਕਿ ਇਹੋ ਜਿਹੇ ਵੀ ਮਨੁੱਖ ਹੁੰਦੇ ਆ, ਇਹੋ ਜਿਹੇ ਲੋਕਾਂ ਨੂੰ ਵੀ ਵੋਟਾਂ ਪੈਂਦੀਆਂ, ਇਹੋ ਜਿਹੇ ਵੀ ਜਨਪ੍ਰਤੀਨਿਧੀ ਹੁੰਦੇ ਆ, ਇਹ ਲੋਕ ਜਿਹੜੇ ਕਿ ਧੀਆਂ ਭੈਣਾਂ ਕੁੜੀਆਂ ਚਿੜੀਆਂ ਨੂੰ ਤਾੜਦੇ ਆ, ਮੌਕਾ ਤਾੜੂ ਨੀਤੀ ਦੇ ਉੱਤੇ ਰਹਿੰਦੇ ਆ, ਇਹ ਹਵਸ ਦੇ ਪੁਜਾਰੀ ਆ, ਇਹਨਾਂ ਲੋਕਾਂ ਨੂੰ ਚੁਣਨਾ ਸਾਡੀ ਸਭ ਤੋਂ ਵੱਡੀ ਗਲਤੀ ਹੈ। ਇਹਨਾਂ ਦੀ ਗਲਤੀ ਤਾਂ ਹੈ ਹੀ, ਪਰ ਸਭ ਤੋਂ ਵੱਡੀ ਗਲਤੀ ਸਾਡੀ ਆ ਕਿ ਅਸੀਂ ਚੁਣਨ ਵੇਲੇ ਬੰਦਾ ਕਬਲਦਾੜੀ ਦੇਖਦੇ, ਅਸੀਂ ਸਿਰਫ ਜਾਂ ਤਾਂ ਪਾਰਟੀ ਦਾ ਚੋਣ ਨਿਸ਼ਾਨ ਦੇਖਦੇ ਹਾਂ ਵੀ ਫਲਾਣਾ ਪਾਰਟੀ ਦਾ ਬੰਦਾ, ਅਤੇ ਅਸੀਂ ਖਾਨਦਾਨੀ ਤੌਰ 'ਤੇ ਉਹਦੇ ਨਾਲ ਜੁੜੇ ਹਾਂ, ਅਤੇ ਜਾਂ ਫਿਰ ਅਸੀਂ ਲਾਲਚਾਂ ਦੇ ਉੱਤੇ ਡੁੱਲ ਜਾਂਦੇ ਹਾਂ, ਅਤੇ ਨਤੀਜੇ ਇਹੋ ਜਿਹੇ ਨਿਕਲਦੇ ਜਿਹੜਾ ਕਿ ਕੁਲਦੀਪ ਸਿੰਗਰ ਦੇ ਰੂਪ ਦੇ ਵਿੱਚ ਸਭ ਦੇ ਸਾਹਮਣੇ ਆਇਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ, ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ, ਬਹੁਤ ਬਹੁਤ ਮਿਹਰਬਾਨੀ।